भयानक रूप धारण कर लिया, जिस तो बाद फायर ब्रिगेड ने 2 घंटे की करड़ी मशक्कत नाल अग ते काबू पा लिया। फोन आ गया मर्डर नूं अग लगी आ इत्थे ते फौरन ही गड्डियां लैके असीं आ गए हां। एक गड्डी आई आ, उस तो बाद एक टैंकर लिआंदा ते अग बुझाणी शुरू करती आ। अग कंट्रोल है, शॉर्ट सर्किट कारण अग लगन दा शक जाहिर किया जा रहा है। अग लगन कारण गोदाम च पिया लखां दा समान सड़ के सुआह हो गया। ਸਾਨੂੰ ਹਲੇ ਨਹੀਂ ਸ਼ੋਰ ਹੋ ਪਾਇਆ ਕਿ ਅੱਗ ਕਿਸ ਕਾਰਨ ਲੱਗੀ ਹੈ। ਲੱਗ ਇਹੀ ਰਿਹਾ ਕਿ ਸ਼ਾਰਟਕਟ ਸਰਕਟ ਕਰਕੇ ਲੱਗੀ ਹੋਏਗੀ, ਕਿਉਂਕਿ ਜਦੋਂ ਅਸੀਂ ਦੇਖਿਆ ਉਹ ਧੂੰਆਂ ਹਲਕਾ ਹਲਕਾ ਨਿਕਲ ਰਿਹਾ ਸੀ ਬਾਹਰ, ਫਿਰ ਇੱਕਦਮ ਧੂੰਆਂ ਵੱਧ ਗਿਆ ਜਿਹਦੇ ਕਰਕੇ ਬਹੁਤ ਜ਼ਿਆਦਾ ਅੱਗ ਫੈਲ ਗਈ। ਕਿੰਨਾ ਕੁ ਸਮਾਨ ਗਿਆ? ਸਾਡਾ ਅਪਰੋਕਸੀਮੇਟ 20-25 ਲੱਖ ਦੇ ਵਿੱਚ ਵੀ ਸਮਾਨ ਜਿਹੜਾ ਉੱਪਰ ਸੀਗਾ। ਹੁਣ ਕਿੰਨਾ ਬਚਿਆ ਜਾਂ ਕਿੰਨਾ ਖਤਮ ਹੋਇਆ ਇਸ ਗੱਲ ਦੀ ਆਈਡੀਆ ਹਲੇ ਬਾਅਦ ਚੋਂ ਲੱਗ ਪਾਏਗਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।